ਦੇਖੋ ਭਾਅ ਜੀ, ਮੈਨੂੰ ਹਲਕਿਆਂ ਦਾ ਸ਼ਾਇਦ ਨਾ ਪਤਾ ਹੋਵੇ ਪਰ ਹਲਕੇ ਕੁੱਤਿਆਂ ਦਾ ਪਤਾ ਹੈ। ਅਤੇ ਕੋਈ ਗੱਲ ਨਹੀਂ, ਆਹ ਮੇਰੀ ਟੀਮ ਹੈ, ਬੜੀ ਸੁਚੱਜੀ ਟੀਮ ਹੈ, ਯੰਗ ਟੀਮ ਹੈ, ਅਤੇ ਇਹ ਲੋਕ ਲੈ ਜਾਂਦੇ ਹੁੰਦੇ ਆ। ਜਲਾਲਾਬਾਦ ਜਦੋਂ ਭਗਵੰਤ ਮਾਨ ਗਿਆ ਸੀ ਉਦੋਂ ਉਹਨੂੰ ਜਲਾਲਾਬਾਦ ਦੇ ਹਲਕਿਆਂ ਦਾ ਪਤਾ ਸੀ। ਸੰਗਰੂਰ ਦੇ ਲੋਕਾਂ ਨੂੰ ਉਹ ਉਦੋਂ ਹੀ ਧੋਖਾ ਦੇ ਗਿਆ ਸੀ ਜਦੋਂ MP ਹੁੰਦੇ ਹੋਏ ਲੋਕਾਂ ਨੇ ਮਣਾ ਮੂਈ। ਭਾਅ ਜੀ, ਬਜ਼ੁਰਗਾਂ ਨੇ ਪਤਾ ਨਹੀਂ ਕਿਵੇਂ ਕਿਹੜੇ ਹਾਲਾਤਾਂ 'ਚ ਉੱਠ ਉੱਠ ਕੇ ਸੰਗਰੂਰ ਵਾਲੇ ਗਏ ਹੋਣੇ ਪੋਲਿੰਗ ਬੂਥ ਤੱਕ ਵੋਟ ਪਾਉਣ 2014 'ਚ। ਅਤੇ ਕੀ ਗੱਲ, ਤੂੰ ਤਾਂ ਉਹਨਾਂ ਨੂੰ ਧੋਖਾ ਹੀ ਦੇ ਗਿਆ ਯਾਰ। ਉੱਥੇ ਜਲਾਲਾਬਾਦ ਦੇ ਵਿੱਚ ਸਾਡੇ ਕੋਲ ਬਥੇਰੇ ਅਣਖੀ ਅਤੇ ਐਜੂਕੇਟਡ ਵਲੰਟੀਅਰ ਸੀ, ਬੇਰੁਜ਼ਗਾਰ ਵਲੰਟੀਅਰ ਸੀ, ਉੱਥੇ ਚਾਂਸ ਦੇ ਦਿੰਦਾ, ਉਹਨਾਂ ਨੂੰ ਚਾਂਸ ਦੇ ਦਿੰਦਾ। MP ਵੀ ਤੂੰ ਬਣੇਗਾ, MLA ਵੀ ਤੂੰ ਬਣੇਗਾ, ਐਂ ਥੋੜ੍ਹੀ ਨਾ ਹੁੰਦਾ ਭਾਅ ਜੀ। ਕੋਈ ਗੱਲ ਨਹੀਂ, ਉਹਨੂੰ ਕਹੋ ਤੁਹਾਡੇ ਕੋਲ ਕਾਂਗਰਸ ਦੀ ਮੈਂਬਰਸ਼ਿਪ ਹੈ ਜਿਹਦੇ ਨਾਲ ਸਮਝੌਤਾ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਦਿੱਲੀ 'ਚ, ਉਸੇ ਕਾਂਗਰਸ ਨੂੰ ਜਿਹਨੂੰ ਪਾਣੀ ਪੀ ਪੀ ਕੋਸਦੇ ਸੀ ਸ਼ੀਲਾ ਦੀਕਸ਼ਿਤ ਕਰਪਟ ਹੈ, ਜਦੋਂ ਕਹਿੰਦੇ ਸੀ ਰਾਹੁਲ ਗਾਂਧੀ, ਰੋਬਰਟ ਵਾਡਰਾ, ਪ੍ਰਿਯੰਕਾ ਗਾਂਧੀ ਸਭ ਕਰਪਟ ਹੈ, ਕਪਿਲ ਸਿੱਬਲ ਕਰਪਟ ਹੈ, ਯਾਦ ਕਰੋ ਨਾ ਉਹ ਗੱਲਾਂ। ਤੁਹਾਨੂੰ ਸ਼ਾਇਦ ਭੁੱਲ ਜਾਂਦਾ, ਸ਼ੋਰਟ ਟਰਮ ਮੈਮਰੀ ਲੋਸ ਹੋ ਜਾਂਦਾ ਕਈ ਵਾਰੀ ਪਾਵਰ ਦੇ ਨਸ਼ੇ 'ਚ। ਤੁਸੀਂ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ ਹੈ, ਹੁਣ ਤੁਸੀਂ ਕਹਿੰਦੇ ਹੋ ਅਸੀਂ ਆਪ ਡਿਜ਼ੋਲਵ ਕਰ ਸਕਦੇ ਹਾਂ। ਡਿਜ਼ੋਲਵ ਹੋ ਕੇ ਮਿਲਣਾ ਕਿਹਦੇ 'ਚ ਹੈ, ਜਿਵੇਂ ਪਾਣੀ 'ਚ ਸ਼ਾਹੀ ਮਿਲ ਜਾਂਦੀ ਹੈ ਨਾ ਜੀ, ਤਾਂ ਪਾਣੀ ਉਹੋ ਜਿਹੇ ਰੰਗ ਦਾ ਹੀ ਹੋ ਜਾਂਦਾ। ਸੋ ਆਮ ਆਦਮੀ ਪਾਰਟੀ ਦੀ ਸ਼ਾਹੀ ਹੁਣ ਕਾਂਗਰਸ ਦੇ ਗੰਦ 'ਚ ਮਿਲਣ ਜਾ ਰਹੀ ਹੈ। ਮੁਬਾਰਕ ਹੋਵੇ ਤੁਹਾਨੂੰ।